देखो सारे शामिल हो रहे थी, शायद सानू असि मैदान मैदान जंग वाल तुरना है, असि बैठे जिवे आ, असि फड़ के सानू डरा के बिठाया होया है। ताड़िया मारो तो छत हिला दो। असी उतों दा निजाम बदलना है, असी उतों दा मंजर चेंज करना है। ਉਹ ਇੱਦਾਂ ਬੈਠ ਕੇ ਨਹੀਂ ਹੋਣਾ, ਉਹ ਚਿਹਰੇ ਤੋਂ ਜੋਸ਼ ਦਿਸਣਾ ਚਾਹੀਦਾ ਹੈ, ਤੁਹਾਡੀਆਂ ਤਾੜੀਆਂ 'ਚ ਦਮ ਹੋਣਾ ਚਾਹੀਦਾ ਹੈ, ਉਹਨਾਂ ਨਾਲ ਤਗੜੇ ਹੋ ਕੇ ਸੋਚ ਕੇ ਚੱਲੋ ਕਿ ਅਸੀਂ ਪੰਜਾਬ ਦਾ ਨਿਜ਼ਾਮ ਬਦਲ ਕੇ ਰਹਾਂਗੇ। ਔਰ ਜੇ ਇਹ ਹੈ ਤਾਂ ਹੀ ਸਾਡਾ ਇੱਥੇ ਹੋਣ ਦਾ ਫਾਇਦਾ, ਨਹੀਂ ਤਾਂ ਕੋਈ ਫਾਇਦਾ ਨਹੀਂ। ਘਰੋ ਘਰੀ ਬੈਠ ਜਾਈਏ, ਮੈਂ ਆਪਣੇ ਖੇਤਾਂ 'ਚ ਚਲਾ ਜਾਣਾ, ਤੁਸੀਂ ਫੈਕਟਰੀਆਂ 'ਚ ਬਹਿ ਜਾਓ। ਜੇਕਰ ਹਿੰਮਤ ਕਰਨੀ ਹੈ, ਪਸੀਨਾ ਵਹਾਉਣਾ ਹੈ, ਲਹੂ ਵਹਾਉਣਾ ਹੈ ਤੇ ਬਾਹਰ ਨਿਕਲੋ, ਨਹੀਂ ਤੇ ਆਪਾਂ ਚੱਲੀਏ ਵਾਪਸ। ਸ਼ੇਖਾਵਤ ਜੀ ਤੋਂ ਛੁੱਟੀ ਲਈ ਹੈ ਤੇ ਚੱਲੀਏ। ਕੀ ਜੋਸ਼ ਨਾਲ ਕੰਮ ਕਰੋਗੇ? ਇੱਕ ਆਵਾਜ਼ ਨਾਲ ਕਰੋ, ਹਾਂ ਹਾਂ ਕਰਾਂਗੇ ਤੇ ਤਗੜੇ ਹੋਵੋ, ਅਸੀਂ ਇਹਨਾਂ ਨੂੰ ਰਿਜ਼ਲਟ ਦੇਵਾਂਗੇ। ਪੰਜਾਬ ਦੇ ਮੈਦਾਨਾਂ ਦੇ ਅੰਦਰ ਅਸੀਂ ਰਿਜ਼ਲਟ ਦਿਖਾਵਾਂਗੇ। ਮਾਨਯ ਸਰ ਤਾੜੀਆਂ ਮਾਰੋ ਤੇ ਛੱਤ ਹਿਲਾ ਦਿਓ। ਅਸੀਂ ਉਥੋਂ ਦੀ ਦਾ ਨਿਜ਼ਾਮ ਬਦਲਣਾ ਹੈ, ਅਸੀਂ ਉਥੋਂ ਦਾ ਮੰਜ਼ਰ ਚੇਂਜ ਕਰਨਾ ਹੈ। ਉਹ ਇੱਦਾਂ ਬੈਠ ਕੇ ਨਹੀਂ ਹੋਣਾ, ਉਹ ਚਿਹਰੇ ਤੋਂ ਜੋਸ਼ ਦਿਸਣਾ ਚਾਹੀਦਾ ਹੈ, ਤੁਹਾਡੀਆਂ ਤਾੜੀਆਂ 'ਚ ਦਮ ਹੋਣਾ ਚਾਹੀਦਾ ਹੈ, ਉਹਨਾਂ ਨਾਲ ਤਗੜੇ ਹੋ ਕੇ ਸੋਚ ਕੇ ਚੱਲੋ ਕਿ ਅਸੀਂ ਪੰਜਾਬ ਦਾ ਨਿਜ਼ਾਮ ਬਦਲ ਕੇ ਰਹਾਂਗੇ। ਔਰ ਜੇ ਇਹ ਹੈ ਤਾਂ ਹੀ ਸਾਡਾ ਇੱਥੇ ਹੋਣ ਦਾ ਫਾਇਦਾ, ਨਹੀਂ ਤਾਂ ਕੋਈ ਫਾਇਦਾ ਨਹੀਂ। ਘਰੋ ਘਰੀ ਬੈਠ ਜਾਈਏ, ਮੈਂ ਆਪਣੇ ਖੇਤਾਂ 'ਚ ਚਲਾ ਜਾਣਾ, ਤੁਸੀਂ ਫੈਕਟਰੀਆਂ 'ਚ ਬਹਿ ਜਾਓ। ਜੇਕਰ ਹਿੰਮਤ ਕਰਨੀ ਹੈ, ਪਸੀਨਾ ਵਹਾਉਣਾ ਹੈ, ਲਹੂ ਵਹਾਉਣਾ ਹੈ ਤੇ ਬਾਹਰ ਨਿਕਲੋ, ਨਹੀਂ ਤੇ ਆਪਾਂ ਚੱਲੀਏ ਵਾਪਸ। ਸ਼ੇਖਾਵਤ ਜੀ ਤੋਂ ਛੁੱਟੀ ਲਈ ਹੈ ਤੇ ਚੱਲੀਏ। ਕੀ ਜੋਸ਼ ਨਾਲ ਕੰਮ ਕਰੋਗੇ? ਇੱਕ ਆਵਾਜ਼ ਨਾਲ ਕਰੋ, ਹਾਂ ਹਾਂ ਕਰਾਂਗੇ ਤੇ ਤਗੜੇ ਹੋਵੋ, ਅਸੀਂ ਇਹਨਾਂ ਨੂੰ ਰਿਜ਼ਲਟ ਦੇਵਾਂਗੇ। ਪੰਜਾਬ ਦੇ ਮੈਦਾਨਾਂ ਦੇ ਅੰਦਰ ਅਸੀਂ ਰਿਜ਼ਲਟ ਦਿਖਾਵਾਂਗੇ। ਮਾਨਯ ਸਰ ਜਦੋਂ ਸਾਰੇ ਸ਼ਾਮਿਲ ਹੋ ਰਹੇ ਸੀ, ਸ਼ਾਇਦ ਸਾਨੂੰ ਅਸੀਂ ਮੈਦਾਨੇ ਜੰਗ ਵੱਲ ਤੁਰਨਾ ਹੈ, ਅਸੀਂ ਬੈਠੇ ਜਿਵੇਂ ਆ, ਅਸੀਂ ਫੜ ਕੇ ਸਾਨੂੰ ਡਰਾ ਕੇ ਬਿਠਾਇਆ ਹੋਇਆ। ਤਾੜੀਆਂ ਮਾਰੋ ਤੇ ਛੱਤ ਹਿਲਾ ਦਿਓ। ਅਸੀਂ ਉਥੋਂ ਦੀ ਦਾ ਨਿਜ਼ਾਮ ਬਦਲਣਾ ਹੈ, ਅਸੀਂ ਉਥੋਂ ਦਾ ਮੰਜ਼ਰ ਚੇਂਜ ਕਰਨਾ ਹੈ। ਉਹ ਇੱਦਾਂ ਬੈਠ ਕੇ ਨਹੀਂ ਹੋਣਾ, ਉਹ ਚਿਹਰੇ ਤੋਂ ਜੋਸ਼ ਦਿਸਣਾ ਚਾਹੀਦਾ ਹੈ, ਤੁਹਾਡੀਆਂ ਤਾੜੀਆਂ 'ਚ ਦਮ ਹੋਣਾ ਚਾਹੀਦਾ ਹੈ, ਉਹਨਾਂ ਨਾਲ ਤਗੜੇ ਹੋ ਕੇ ਸੋਚ ਕੇ ਚੱਲੋ ਕਿ ਅਸੀਂ ਪੰਜਾਬ ਦਾ ਨਿਜ਼ਾਮ ਬਦਲ ਕੇ ਰਹਾਂਗੇ। ਔਰ ਜੇ ਇਹ ਹੈ ਤਾਂ ਹੀ ਸਾਡਾ ਇੱਥੇ ਹੋਣ ਦਾ ਫਾਇਦਾ, ਨਹੀਂ ਤਾਂ ਕੋਈ ਫਾਇਦਾ ਨਹੀਂ। ਘਰੋ ਘਰੀ ਬੈਠ ਜਾਈਏ, ਮੈਂ ਆਪਣੇ ਖੇਤਾਂ 'ਚ ਚਲਾ ਜਾਣਾ, ਤੁਸੀਂ ਫੈਕਟਰੀਆਂ 'ਚ ਬਹਿ ਜਾਓ। ਜੇਕਰ ਹਿੰਮਤ ਕਰਨੀ ਹੈ, ਪਸੀਨਾ ਵਹਾਉਣਾ ਹੈ, ਲਹੂ ਵਹਾਉਣਾ ਹੈ ਤੇ ਬਾਹਰ ਨਿਕਲੋ, ਨਹੀਂ ਤੇ ਆਪਾਂ ਚੱਲੀਏ ਵਾਪਸ। ਸ਼ੇਖਾਵਤ ਜੀ ਤੋਂ ਛੁੱਟੀ ਲਈ ਹੈ ਤੇ ਚੱਲੀਏ। ਕੀ ਜੋਸ਼ ਨਾਲ ਕੰਮ ਕਰੋਗੇ? ਇੱਕ ਆਵਾਜ਼ ਨਾਲ ਕਰੋ, ਹਾਂ ਹਾਂ ਕਰਾਂਗੇ ਤੇ ਤਗੜੇ ਹੋਵੋ, ਅਸੀਂ ਇਹਨਾਂ ਨੂੰ ਰਿਜ਼ਲਟ ਦੇਵਾਂਗੇ। ਪੰਜਾਬ ਦੇ ਮੈਦਾਨਾਂ ਦੇ ਅੰਦਰ ਅਸੀਂ ਰਿਜ਼ਲਟ ਦਿਖਾਵਾਂਗੇ। ਮਾਨਯ ਸਰ ਜਦੋਂ ਸਾਰੇ ਸ਼ਾਮਿਲ ਹੋ ਰਹੇ ਸੀ, ਸ਼ਾਇਦ ਸਾਨੂੰ ਅਸੀਂ ਮੈਦਾਨੇ ਜੰਗ ਵੱਲ ਤੁਰਨਾ ਹੈ, ਅਸੀਂ ਬੈਠੇ ਜਿਵੇਂ ਆ, ਅਸੀਂ ਫੜ ਕੇ ਸਾਨੂੰ ਡਰਾ ਕੇ ਬਿਠਾਇਆ ਹੋਇਆ। ਤਾੜੀਆਂ ਮਾਰੋ ਤੇ ਛੱਤ ਹਿਲਾ ਦਿਓ। ਅਸੀਂ ਉਥੋਂ ਦੀ ਦਾ ਨਿਜ਼ਾਮ ਬਦਲਣਾ ਹੈ, ਅਸੀਂ ਉਥੋਂ ਦਾ ਮੰਜ਼ਰ ਚੇਂਜ ਕਰਨਾ ਹੈ। ਉਹ ਇੱਦਾਂ ਬੈਠ ਕੇ ਨਹੀਂ ਹੋਣਾ,
ਉਹ ਚਿਹਰੇ ਤੋਂ ਜੋਸ਼ ਦਿਸਣਾ ਚਾਹੀਦਾ ਹੈ, ਤੁਹਾਡੀਆਂ ਤਾੜੀਆਂ ਚ ਦਮ ਹੋਣਾ ਚਾਹੀਦਾ ਹੈ, ਉਹਨਾਂ ਨਾਲ ਤਗੜੇ ਹੋ ਕੇ ਸੋਚ ਕੇ ਚੱਲੋ ਕਿ ਅਸੀਂ ਪੰਜਾਬ ਦਾ ਨਿਜ਼ਾਮ ਬਦਲ ਕੇ ਰਹਾਂਗੇ। ਔਰ ਜੇ ਇਹ ਹੈ ਤੇ ਤਾਂ ਹੀ ਸਾਡਾ ਇੱਥੇ ਹੋਣ ਦਾ ਫਾਇਦਾ, ਨਹੀਂ ਤੇ ਕੋਈ ਫਾਇਦਾ ਨਹੀਂ। ਘਰੋ ਘਰੀ ਬੈਠ ਜਾਈਏ, ਮੈਂ ਆਪਣੇ ਖੇਤਾਂ ਚਲਾ ਜਾਣਾ, ਤੁਸੀਂ ਫੈਕਟਰੀਆਂ ਚ ਬਹਿ ਜਾਓ। ਜੇਕਰ ਹਿੰਮਤ ਕਰਨੀ ਹੈ, ਪਸੀਨਾ ਵਹਾਉਣਾ ਹੈ, ਲਹੂ ਵਹਾਉਣਾ ਹੈ ਤੇ ਬਾਹਰ ਨਿਕਲੋ, ਨਹੀਂ ਤੇ ਆਪਾਂ ਚੱਲੀਏ ਵਾਪਸ। ਸ਼ੇਖਾਵਤ ਜੀ ਤੋਂ ਛੁੱਟੀ ਲਈ ਹੈ ਤੇ ਚੱਲੀਏ। ਕੀ ਜੋਸ਼ ਨਾਲ ਕੰਮ ਕਰੋਗੇ? ਇੱਕ ਆਵਾਜ਼ ਨਾਲ ਕਰੋ, ਹਾਂ ਹਾਂ ਕਰਾਂਗੇ। ਤੇ ਤਗੜੇ ਹੋਵੋ, ਅਸੀਂ ਇਹਨਾਂ ਨੂੰ ਰਿਜ਼ਲਟ ਦੇਵਾਂਗੇ। ਪੰਜਾਬ ਦੇ ਮੈਦਾਨਾਂ ਦੇ ਅੰਦਰ ਅਸੀਂ ਰਿਜ਼ਲਟ ਦਿਖਾਵਾਂਗੇ। ਮਾਨੀ ਸਰ, ਕਈ ਰਿਜ਼ਲਟ ਦੇਂਗੇ ਆਪਕੋ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕਿਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ ਚ ਝਗੜਾ, ਸੌਤਨ ਦੁਸ਼ਮਨ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ, ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ, 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਨ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਪਨ, ਜਾਦ ਉਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467। ਮੇਰੇ ਬਾਪੂ ਤੇ ਮੇਰੀ ਮਾਂ ਨੇ ਸਾਰੀ ਉਮਰ ਆਪਣੇ ਆਪ ਨੂੰ ਭੁੱਲ ਕੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਪੌੜੀ ਪੌੜੀ ਚੜ੍ਹਨਾ ਸਿਖਾਇਆ। ਮੇਰੀ ਹਰ ਮੁਸ਼ਕਲ ਨੂੰ ਹਰ ਕੀਮਤ 'ਤੇ ਹੱਲ ਕੀਤਾ ਉਹਨਾਂ ਨੇ। ਮੈਂ ਉਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ, ਜਿਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਭੁੱਲ ਸਕਦਾ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਉਹਨਾਂ ਦੀ ਅਤੇ ਸਾਰੇ ਪੰਜਾਬੀਆਂ ਦੀ ਮਾਂ ਪਾਰਟੀ ਰਹੀ ਹੈ। ਕਦੇ ਉਹ ਬੁਰੇ ਲੱਗਦੇ ਨੇ ਅਤੇ ਕਦੇ ਚੰਗੇ, ਪਰ ਮਾਂ ਬਾਪ ਕਦੀ ਬਦਲੇ ਨਹੀਂ ਜਾਂਦੇ।